ਮੀ ਤੇ ਹੜਾ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਬਿਮਾਰੀਆਂ ਫੈਲ ਰਹੀਆਂ ਨੇ ਵੱਡੇ ਪੱਧਰ ਤੇ ਫੈਲ ਰਹੀਆਂ ਨੇ ਡੇਂਗੂ ਤੇ ਚਿਕਨ ਗੁਨੀਆ ਦੇ ਕੇਸਾਂ ਦੀ ਵੀ ਪਰਹਾਰ ਲੱਗੀ ਪਈ ਹੈ ਤੇ ਆਈ ਫਲੂ ਦੇ ਵੀ ਜ਼ਿਆਦਾ ਕੇਸ ਆ ਗਏ ਨੇ ਡੇਂਗੂ ਤੇ ਚਿਕਨ ਗੁਨੀਆ ਇਸ ਦੇ ਬਾਰੇ ਹਾਲੇ ਸਾਡੀ ਕਿਸੇ ਵੀ ਡਾਕਟਰ ਦੇ ਨਾਲ ਗੱਲਬਾਤ ਨਹੀਂ ਹੋਈ ਹੈ ਇਸ ਦੇ ਕੀ ਲੱਛਣ ਨੇ ਕੀ ਬਚਾਅ ਹੋਣਾ ਚਾਹੀਦਾ ਕੀ ਕਰਨਾ ਕੀ ਨਹੀਂ ਕਰਨਾ ਉਹ ਹਾਲੇ ਤੱਕ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਪਰ ਜਿਹੜਾ ਅੱਖਾਂ ਦੀ ਇਨਫੈਕਸ਼ਨ ਹੈ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ ਬੱਚਿਆਂ ਨੂੰ ਹੋ ਰਹੀ ਹੈ ਹੁਣ ਤਾਂ ਵੱਡਿਆਂ ਤੱਕ ਵੀ ਹੋ ਰਹੀ ਹੈ ਤੇ ਇਹ ਵੀ ਸਾਨੂੰ ਪਤਾ ਲੱਗਿਆ ਕਿ ਅੱਖਾਂ ਤੋਂ ਬਾਅਦ ਹੁਣ ਮੂੰਹ ਦੇ ਵਿੱਚ ਛਾਲੇ ਹੋਣੇ ਵੀ ਸ਼ੁਰੂ ਹੋ ਗਏ ਨੇ ਇੱਕ ਦੋ ਪਰਿਵਾਰਾਂ ਦੇ ਨਾਲ ਗੱਲ ਹੋਈ ਹੈ ਉਹ ਕਹਿੰਦੇ ਕਿ ਜੀਵ ਤਰ੍ਹਾਂ ਦੇ ਜਿਹੜੇ ਛਾਲੇ ਨੇ ਉਹ ਪੂਰੇ ਮੂੰਹ ਦੇ ਵਿੱਚ ਪੂਰੀ ਪੂਰੀ ਫੈਮਿਲੀ ਦੇ ਵਿੱਚ ਹੋ ਰਹੇ ਨੇ ਸੋ ਇਸ ਬਾਰੇ ਹਲੇ ਕੋਈ ਪੁਸ਼ਟੀ ਹੈ ਜਿਹੜੀ ਉਹ ਵਿਭਾਗ ਦੇ ਵੱਲੋਂ ਤਾਂ ਨਹੀਂ ਹੋਈ ਪਰ ਆਈ ਫਲੂ ਦੀ ਇਨਫੈਕਸ਼ਨ ਕੀ ਹੁੰਦੀ ਹੈ ਇਸ ਤੇ ਆਪਾਂ ਗੱਲ ਕਰਾਂਗੇ ਮੀਂਹ ਦੇ ਮੌਸਮ ਦੇ ਵਿੱਚ ਇੱਕ ਵਾਇਰਸ ਬੜਾ ਫੈਲ ਰਿਹਾ ਹੈ ਉਸ ਨੂੰ ਕੰਜਨਕਟਵਾਈਟਿਸ ਕਿਹਾ ਜਾਂਦਾ ਹੈ ਯਾਨੀ ਕਿ ਆਈ ਫਲੂ ਬੜੀ ਤੇਜ਼ੀ ਦੇ ਨਾਲ ਪੰਜਾਬ 'ਚ ਫੈਲ ਰਿਹਾ ਹੈ ਖਾਸ ਕਰਕੇ ਬੱਚੇ ਇਸ ਦਾ ਸ਼ਿਕਾਰ ਬਣ ਰਹੇ ਨੇ ਸਿਹਤ ਵਿਭਾਗ ਨੇ ਅੱਖ ਲਾਲ ਹੋਣ ਅਤੇ ਅੱਖ ਵਿੱਚ ਖੁਰਕ ਹੋਣ ਤੇ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਹੈ ਨਿਰਦੇਸ਼ ਦਿੰਦੇ ਨੇ ਇਸ ਤੋਂ ਇਲਾਵਾ ਫਲੂ ਦੇ ਨਾਲ ਪੀੜਤ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਵਾਰੀ ਵਾਰੀ ਕੀਤੀ ਜਾ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚ ਇਸ ਦੇ ਨਾਲ ਹੀ ਬੱਚੇ ਨੂੰ ਇਕੱਲੇ ਹੀ ਕਮਰੇ ਵਿੱਚ ਰੱਖਣ ਲਈ ਕਿਹਾ ਗਿਆ ਇਕੱਲਾ ਬੱਚਾ ਨਹੀਂ ਜਿਹਨੂੰ ਵੀ ਇਹ ਇਨਫੈਕਸ਼ਨ ਹੁੰਦੀ ਹੈ ਡਾਕਟਰ ਕਹਿੰਦੇ ਨੇ ਕਿ ਉਹਨੂੰ ਇਕਾਂਤ ਦੇ ਵਿੱਚ ਰਹਿਣਾ ਚਾਹੀਦਾ ਹੈ ਸਿਵਲ ਸਰਜਨ ਡਾਕਟਰ ਹਤਿੰਦਰ ਕੌਰ ਦੇ ਮੁਤਾਬਿਕ ਬਰਸਾਤਾਂ ਦੇ ਵਿੱਚ ਕੰਜਕਟਿਵਾਈਟਿਸ ਆਈ ਫਲੂ ਫੈਲਣ ਦੇ ਨਾਲ ਸਿਹਤ ਵਿਭਾਗ ਪੂਰੀ ਤਰ੍ਹਾਂ ਦੇ ਨਾਲ ਅਲਰਟ ਤੇ ਹੈ ਲੱਛਣ ਵੀ ਦੱਸੇ ਨੇ ਅੱਖਾਂ ਲਾਲ ਹੋਣੀਆਂ ਖੁਰਕੌਣੇ ਅੱਖਾਂ ਚ ਪਾਣੀ ਆਉਣ ਲੱਗ ਜਾਣਾ ਅੱਖਾਂ ਨੂੰ ਸੋਜਾ ਆਉਣਾ ਅੱਖਾਂ ਦੇ ਹੇਠਲੇ ਹਿੱਸੇ ਦੇ ਵਿੱਚ ਖਾਸ ਤੌਰ ਤੇ ਸੋਜ ਆਉਣਾ ਇਹ ਸਾਰੇ ਜਿਹੜੇ ਲੱਛਣ ਨੇ ਆਈ ਫਲੂ ਦੇ ਨੇ ਅਜਿਹੇ ਵਿੱਚ ਇਲਾਜ ਲਈ ਅੱਖਾਂ ਦੇ ਮਾਹਿਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਡਾਕਟਰਾਂ ਮੁਤਾਬਿਕ ਇਹ ਵਾਇਰਸ ਇਹ ਆਈ ਫਲੂ ਹੈ ਜਿਹੜਾ ਇੱਕ ਤੋਂ ਦੂਸਰੇ ਵਿਅਕਤੀ ਤੱਕ ਫੈਲਦਾ ਹੈ ਕਰੋਨਾ ਦੇ ਨਾਲ ਵੀ ਕਈ ਥਾਵਾਂ ਤੇ ਤਾਂ ਤੁਲਨਾ ਕੀਤੀ ਜਾ ਰਹੀ ਹੈ ਪਰ ਇਹ ਮਹਾਮਾਰੀ ਨਹੀਂ ਹੈ ਇੱਕ ਫਲੂ ਹੈ ਜਿਹੜਾ ਹਰ ਸਾਲ ਲੋਕਾਂ ਨੂੰ ਹੁੰਦਾ ਹੀ ਹੁੰਦਾ ਹੈ ਖਾਸ ਤੌਰ ਤੇ ਮੀਂਹ ਦੀ ਮੀਂਹ ਦਾ ਮੌਸਮ ਹੁੰਦਾ ਮੀਂਹ ਦੀਆਂ ਝੜੀਆਂ ਲੱਗਦੀਆਂ ਨੇ ਉਦੋਂ ਹੀ ਜ਼ਿਆਦਾ ਹੁੰਦਾ ਹੈ ਸੋ ਭਾਵੇਂ ਕਰੋਨਾ ਦੇ ਵਾਂਗੂ ਮਹਾਮਾਰੀ ਤਾਂ ਨਹੀਂ ਆਈ ਫਲੂ ਪਰ ਜਿਹੜਾ ਮਰੀਜ਼ ਹੈ ਉਹਦਾ ਕੱਲਾ ਰਹਿਣਾ ਜ਼ਰੂਰੀ ਹੁੰਦਾ ਆਈਸੋਲੇਸ਼ਨ ਦੇ ਵਿੱਚ ਰਹਿਣਾ ਜ਼ਰੂਰੀ ਹੈ ਡਾਕਟਰ ਵਾਰੀ-ਵਾਰੀ ਇਹੀ ਸਲਾਹ ਦਿੰਦੇ ਨੇ ਪਰ ਹੈਜ਼ ਆ ਕਹਿੰਦੇ ਉਹ ਬਿਲਕੁਲ ਕਰੋਨਾ ਵਰਗੀ ਹੈ ਡਾਕਟਰਾਂ ਦੇ ਮੁਤਾਬਿਕ ਸਿਵਲ ਸਰਜਨ ਹਤਿੰਦਰ ਕੌਰ ਦੇ ਮੁਤਾਬਿਕ ਜ਼ਿਆਦਾਤਰ ਬੱਚੇ ਹੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਜਿਹੇ ਵਿੱਚ ਬੱਚੇ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ ਜੇਕਰ ਕਿਸੇ ਘਰ ਦੇ ਮੈਂਬਰ ਨੂੰ ਬਿਮਾਰੀ ਹੋ ਜਾਂਦੀ ਹੈ ਤਾਂ ਉਹਨੂੰ ਚਾਹੀਦਾ ਹੈ ਕਿ ਉਹ ਇੱਕ ਬੋਤਲ ਦੇ ਵਿੱਚ ਡਿਟਾਲ ਪਾ ਕੇ ਉਹਦੇ ਵਿੱਚ ਪਾਣੀ ਭਰ ਲੈੇ ਕਰਦੇ ਅੰਦਰ ਜਾਣ ਵੇਲੇ ਹੱਥ ਜ਼ਰੂਰ ਸਾਫ਼ ਕਰੇ ਤਾਂ ਕਿ ਜੇ ਤੁਹਾਡੇ ਹੱਥ ਨੂੰ ਇਸ ਵਾਇਰਸ ਨੇ ਟੱਚ ਕੀਤਾ ਇਸ ਵਾਇਰਲ ਨੇ ਟੱਚ ਕੀਤਾ ਆਈ ਫਲੂ ਨੇ ਟੱਚ ਕੀਤਾ ਤੇ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਏਗਾ ਡਿਟਾਲ ਦੇ ਨਾਲ ਹੱਥ ਧੋਣਾ ਬੜਾ ਜ਼ਰੂਰੀ ਹੈ ਹੁੰਦਾ ਕੀ ਹੈ ਆਈ ਫਲੂ ਇਹ ਕਿੰਨੀ ਇੱਕ ਖਤਰਨਾਕ ਬਿਮਾਰੀ ਹੈ ਕਿੰਨਾ ਕਿਸ ਨੂੰ ਲਾਈਟ ਲੈਣਾ ਚਾਹੀਦਾ ਇਸ ਬਾਰੇ ਵੀ ਆਪਾਂ ਥੋੜੀ ਜੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਅੱਖਾਂ ਦੇ ਗਲੋਬ ਦੇ ਵਿੱਚ ਇੱਕ ਝਿੱਲੀ ਚੜੀ ਹੁੰਦੀ ਹੈ ਜਿਸ ਨੂੰ ਕੰਜਕਟਾਈਵਾ ਕਿਹਾ ਜਾਂਦਾ ਹੈ ਇਹ ਪਲਕਾਂ ਦੇ ਅੰਦਰੂਨੀ ਅਤੇ ਪੁਤਲੀ ਦੇ ਸਫੇਦ ਹਿੱਸੇ ਨੂੰ ਕਵਰ ਕਰਦੀ ਹੈ ਚਿੱਲੀ ਵਿੱਚ ਇਨਫੈਕਸ਼ਨ ਹੋਣ ਤੇ ਅੱਖ ਸੁੱਜ ਜਾਂਦੀ ਹੈ ਤੇ ਇਹਨੂੰ ਹੀ ਆਈ ਫਲੂ ਕਿਹਾ ਜਾਂਦਾ ਹੈ ਇਹਦੇ ਨਾਲ ਅੱਖ ਦੇ ਵਿੱਚ ਚਿਪਚਪਾਹਟ ਹੋ ਜਾਂਦੀ ਹੈ ਲਿਕਵਿਡ ਆਉਂਦਾ ਹੈ ਖੁਜਲੀ ਹੁੰਦੀ ਹੈ ਯਾਨੀ ਕਿ ਖੁਰਕ ਹੁੰਦੀ ਹੈ ਤੇ ਇਸੇ ਨੂੰ ਹੀ ਆਈ ਫਲੂ ਕਿਹਾ ਜਾਂਦਾ ਹੈ ਬਹੁਤ ਖਤਰਨਾਕ ਤੇ ਗੰਭੀਰ ਬਿਮਾਰੀ ਨਹੀਂ ਹੈ ਕਿ ਜੇ ਤੁਸੀਂ ਅੱਖਾਂ ਦੇ ਰਾਹੀਂ ਦੂਸਰੇ ਬੰਦੇ ਨੂੰ ਦੇਖ ਲਓਗੇ ਤੇ ਉਹਨੂੰ ਪਤਾ ਨਹੀਂ ਜਿਹੜਾ ਹੈਗਾ ਕੁਝ ਉਦੋਂ ਹੀ ਤੁਰੰਤ ਹੋ ਜਾਊਗਾ ਅੱਖਾਂ ਦੇ ਨਾਲ ਹੀ ਬਿਮਾਰੀ ਹੈ ਜਿਹੜੀ ਉਹ ਨਹੀਂ ਫੈਲਦੀ ਹੈ ਤੇ ਇਹਦਾ ਇਲਾਜ ਸਿਰਫ ਪਰਹੇਜ਼ ਹੈ ਇਸ ਤੋਂ ਬਹੁਤਾ ਡਰਨ ਘਬਰਾਉਣ ਦੀ ਲੋੜ ਨਹੀਂ ਹੈ ਪਰ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਜੇ ਅਸੀਂ ਕਹਤਾ ਕਿ ਡਰਨਾ ਨਹੀਂ ਘਬਰਾਉਣਾ ਨਹੀਂ ਡਾਕਟਰ ਦੀ ਸਲਾਹ ਦੇ ਮੁਤਾਬਿਕ ਤਾਂ ਤੁਸੀਂ ਇਹਨੂੰ ਲਾਈਟਲੀ ਹੀ ਲਓਗੇ ਬਾਹਰ ਤੁਰੇ ਫਿਰੋਗੇ ਫਿਰ ਇਹ ਗੰਭੀਰ ਬਣ ਸਕਦੀ ਹੈ ਸਾਵਧਾਨੀਆਂ ਵਰਤਣੀਆਂ ਨੇ ਉਹ ਵੀ ਡਾਕਟਰ ਸਾਹਿਬ ਨੇ ਦੱਸਿਆ ਨੇ ਅੱਖਾਂ ਨੂੰ ਹੱਥ ਨਾ ਲਾਓ ਨਾ ਹੀ ਅੱਖਾਂ ਨੂੰ ਰਗੜੋ ਬੱਚਿਆਂ ਦੇ ਸਕੂਲ ਬੈਗ ਦੇ ਵਿੱਚ ਸੈਨੀਟਾਈਜ਼ਰ ਦਿਓ ਸਾਬਣ ਤੇ ਗਰਮ ਪਾਣੀ ਦੇ ਨਾਲ ਹੱਥ ਸਾਫ਼ ਕਰਦੇ ਰਹੋ ਸੌਣ ਤੋਂ ਪਹਿਲਾਂ ਕੰਟੈਕਟ ਲੈਂਸ ਹਟਾ ਦਿਓ ਤੌਲੀਆ ਜਾਂ ਫਿਰ ਜਿਹੜਾ ਮੇਕਅਪ ਦਾ ਸਮਾਨ ਬੀਬੀਆਂ ਵਰਤਦੀਆਂ ਨੇ ਉਹ ਬਿਲਕੁਲ ਸਾਂਝਾ ਨਾ ਕੀਤਾ ਜਾਵੇ ਸਵਿਮਿੰਗ ਪੂਲ ਦੇ ਵਿੱਚ ਚਸ਼ਮੇ ਦੀ ਵਰਤੋਂ ਕਰੋ ਤੇ ਜੇ ਇਨਫੈਕਸ਼ਨ ਤੋਂ ਹੋਈ ਹੋਵੇ ਫਿਰ ਤਾਂ ਸਵਿਮਿੰਗ ਲਈ ਜਾਣਾ ਹੀ ਨਹੀਂ ਚਾਹੀਦਾ ਕਿਉਂ ਦੂਜਿਆਂ ਦੇ ਲਈ ਤੁਸੀਂ ਖਤਰਾ ਬਣਨਾ ਪਾਣੀ ਦੇ ਨਾਲ 2 ਤੋਂ 3 ਵਾਰੀ ਅੱਖਾਂ ਸਾਫ਼ ਕਰੋ ਇਹਦੇ ਨਾਲ ਜੁੜੇ ਕੁਝ ਵਹਿਮ ਭਰਮ ਵੀ ਨੇ ਕਿ ਅੱਖਾਂ ਜਿਹਦੀਆਂ ਅੱਖਾਂ ਦੇ ਵਿੱਚ ਆਈ ਫਲੂ ਹੈ ਜੇ ਉਹ ਕਿਸੇ ਦੂਸਰੇ ਬੰਦੇ ਨੂੰ ਦੇਖ ਲੂਗਾ ਤੇ ਉਹਨੂੰ ਵੀ ਆਈ ਫਲੂ ਹੋ ਜਾਊਗਾ ਇਨਫੈਕਸ਼ਨ ਦੇ ਨਾਲੇ ਬਿਮਾਰੀ ਫੈਲਦੀ ਹੈ ਦੇਖਣ ਦੇ ਨਾਲ ਨਹੀਂ ਫੈਲਦੀ ਡਾਕਟਰ ਕੇ.ਡੀ ਸਿੰਘ ਨੇ ਦੱਸਿਆ ਹੈ ਕਿ ਲੋਕਾਂ ਨੂੰ ਇਹ ਵਹਿਮ ਨਹੀਂ ਕਰਨਾ ਚਾਹੀਦਾ ਕਿ ਇੱਕ ਦੂਸਰੇ ਵੱਲ ਦੇਖਣ ਨਾਲੇ ਬਿਮਾਰੀ ਫੈਲਦੀ ਹੈ ਤੇ ਕਈ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਂਦੇ ਵੀ ਨੇ ਗੱਲ ਨੂੰ ਵਧਾ ਚੜਾ ਕੇ ਦੱਸਣਗੇ ਜੇ ਆਈ ਫਲੂ ਹੋ ਜੇ ਤਾਂ ਕਹਿਣਗੇ ਕਿ ਮੈਂ ਉਹ ਸਾਈਫਲੋ ਵਾਲੇ ਬੰਦੇ ਦੀਆਂ ਅੱਖਾਂ ਖਿਆਸੀ ਤਾਂ ਮੈਨੂੰ ਹੋ ਗਿਆ ਇਹ ਕਹਿੰਦੇ ਬਿਮਾਰੀ ਤਾਂ ਹੀ ਤੁਹਾਡੇ ਕੋਲ ਪਹੁੰਚਦੀ ਹੈ ਜਦੋਂ ਤੁਸੀਂ ਇਸ ਬਿਮਾਰੀ ਨਾਲ ਪੀੜਿਤ ਸ਼ਖਸ ਨੂੰ ਹੱਥ ਲਾਉਂਦੇ ਹੋ ਤੇ ਫਿਰ ਆਪਣੀ ਅੱਖ ਅਤੇ ਮੂੰਹ ਤੇ ਆਪਣਾ ਹੱਥ ਲਾਉਂਦੇ ਹੋ ਜੇ ਕਿਸੇ ਨੂੰ ਵੀ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਤੇ ਨੇ ਤਾਂ ਫੌਰਨ ਨੇੜਲੇ ਡਾਕਟਰ ਦੇ ਕੋਲ ਜਾਓ ਅੱਖਾਂ ਦੇ ਡਾਕਟਰ ਕੋਲ ਜਾਓ ਆਪਣੀਆਂ ਅੱਖਾਂ ਦਿਖਾਓ ਅਤੇ ਜੋ ਵੀ ਪਰਹੇਜ਼ ਅਤੇ ਜੋ ਡ੍ਰੌਪਸ ਡਾਕਟਰ ਦੇ ਵੱਲੋਂ ਦਿੱਤੀਆਂ ਜਾਣਗੀਆਂ ਉਹ ਜ਼ਰੂਰ ਪਾਓ ਜਿਹਨੂੰ ਵੀ ਆਈ ਫਲੂ ਹੋਇਆ ਉਸ ਨੂੰ ਚਸ਼ਮਾ ਜ਼ਰੂਰ ਲਾ ਲੈਣਾ ਚਾਹੀਦਾ ਕਿਉਂਕਿ ਅੱਖਾਂ 'ਚ ਦੇਖਣ ਨਾਲ ਤਾਂ ਬਿਲਕੁਲ ਨਹੀਂ ਇਹ ਆਈ ਫਲੂ ਫੈਲਦਾ ਪਰ ਇਹ ਹੈ ਕਿ ਤੁਹਾਡੀਆਂ ਅੱਖਾਂ ਦੀ ਥੋੜੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਇੱਕ ਤਾਂ ਪਹਿਲਾਂ ਹੀ ਅੱਖਾਂ ਸੁੱਜੀਆਂ ਨੇ ਲਾਲ ਹੋਈਆਂ ਵਈਆਂ ਨੇ ਦੂਸਰਾ ਜੋ ਦੇਖਦਾ ਉਹਨੂੰ ਥੋੜੀ ਅਲਕਤ ਦੀ ਜ਼ਰੂਰ ਆਉਂਦੀ ਹੈ ਤੇ ਤੁਹਾਡੀਆਂ ਅੱਖਾਂ ਦੀ ਸੇਫਟੀ ਵੀ ਚਸ਼ਮੇ ਨਾਲ ਹੋ ਜਾਂਦੀ ਹੈ ਮਿੱਟੀ ਹੋਰ ਅੰਦਰ ਨਹੀਂ ਜਾਂਦੀ ਕਿਉਂਕਿ ਜੇ ਮਿੱਟੀ ਚਲੇਗੀ ਤਾਂ ਰੜਕ ਜ਼ਰੂਰ ਪਾਊਗੀ ਸੋ ਇਹੋ ਜਿਹੀਆਂ ਸਾਵਧਾਨੀਆਂ ਦਾ ਧਿਆਨ ਹੈ ਜਿਹੜਾ ਉਹ ਜ਼ਰੂਰ ਰੱਖਣਾ ਹੈ ਜਿੰਨਾ ਚਿਰ ਤੱਕ ਠੀਕ ਨਾ ਹੋਵੇ ਉਹਨਾਂ ਚਿਰ ਤੱਕ ਕਰੋ ਬਾਹਰ ਨਾ Niklo ਤਾਂ ਹੀ ਚੰਗਾ ਕਿਉਂਕਿ ਜੇ ਤੁਸੀਂ ਸਕੂਲ ਵੀ ਜਾਂਦੇ ਹੋ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਨੂੰ ਹੱਥ ਤਾਂ ਜ਼ਰੂਰ ਲਾ ਦਿੰਦਾ ਫਿਰ ਇੱਕ ਦੂਸਰੇ ਨਾਲ ਟੱਚ ਕਰਦੇ ਕਰਦੇ ਅੰਗੇ ਬਿਮਾਰੀ ਫੈਲ ਜਾਂਦੀ ਹੈ ਰੋਕਥਾਮ ਇਹੀ ਹੈ ਕਿ ਆਪਣੇ ਘਰ ਦੇ ਵਿੱਚ ਰਹੋ ਇਕੱਲੇ ਰਹੋ ਖਾਸ ਜਿਹੜਾ ਧਿਆਨ ਰੱਖੋ ਤਾਂ ਜੋ ਛੇਤੀ ਇਹ ਜਿਹੜਾ ਫਲੂ ਹੈ ਉਹ ਠੀਕ ਹੋ ਜਾਵੇ ਕਈ ਕਈ ਲੋਕਾਂ ਨੂੰ ਤਾਂ 15-15 ਦਿਨ ਤੱਕ ਆਈ ਫਲੂ ਦੀ ਇਨਫੈਕਸ਼ਨ ਹੈ ਜਿਹੜੀ ਉਹ ਠੀਕ ਨਹੀਂ ਹੁੰਦੀ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜੀ ਸਿਹਤ ਨਾਲ ਜੁੜੀ ਜਾਣਕਾਰੀ ਉਹ ਪਸੰਦ ਆਈ ਹੋਏਗੀ ਤੇ ਤੁਸੀਂ ਜ਼ਰੂਰ ਆਪ ਵੀ ਫੋਲੋ ਕਰੋਗੇ ਤੇ ਦੂਸਰਿਆਂ ਨੂੰ ਵੀ ਦੱਸੋਗੇ ਧੰਨਵਾਦ